ਤਾਂ ਨਰੇਸ਼ ਗੁਜਰਾਲ ਦੇ ਪੂਰੇ ਬਿਆਨ ਤੇ ਇਸ ਵੇਲੇ ਇਹ ਸਿਆਸੀ ਕਮਸਾਨ ਮਚਿਆ ਹੋਇਆ ਹੈ। ਨਰੇਸ਼ ਗੁਜਰਾਲ ਨੇ ਕੀ ਕਿਹਾ ਸੀ ਉਹ ਵੀ ਤੁਹਾਨੂੰ ਦੱਸ ਦਿੰਦੇ ਆ। ਨਰੇਸ਼ ਗੁਜਰਾਲ ਨੇ ਕਿਹਾ ਕਿ 2017 ਚ ਪਾਰਟੀ ਬੁਰੀ ਤਰ੍ਹਾਂ ਹਾਰੀ ਕਿਉਂਕਿ ਭਾਜਪਾ ਨੇ ਅਕਾਲੀ ਦਲ ਨੂੰ ਚਾਂਸਾ ਦਿੱਤਾ। ਆਮ ਆਦਮੀ ਪਾਰਟੀ ਨੂੰ ਰੋਕਣ ਲਈ ਕਾਂਗਰਸ ਨੂੰ ਵੋਟ ਟ੍ਰਾਂਸਫਰ ਕਰ ਦਿੱਤੇ। ਅਸੀਂ ਭਾਜਪਾ ਨੂੰ ਇਸ ਬਾਰੇ ਸ਼ਿਕਾਇਤ ਵੀ ਕੀਤੀ ਪਰ ਭਾਜਪਾ ਦੇ ਲੀਡਰ ਚੁੱਪ ਰਹੇ। ਭਾਜਪਾ ਨੇ ਇਹ ਜਾਣ ਬੁੱਝ ਕੇ ਕੀਤਾ ਜਿਸ ਨਾਲ ਗੱਠਜੋੜ ਦੀ ਭਾਵਨਾ ਆਹਤ ਹੋਈ, ਉਸ ਨੂੰ ਠੇਸ ਪਹੁੰਚੀ ਤੇ ਅੱਜ ਭਾਜਪਾ ਛੱਡਣ ਵਾਲੇ ਲੀਡਰ ਵੀ ਇਸ ਦੀ ਤਸਦੀਕ ਕਰਦੇ ਨੇ। ਨਰੇਸ਼ ਗੁਜਰਾਲ ਦੇ ਇਸੇ ਬਿਆਨ ਨੂੰ ਆਧਾਰ ਬਣਾ ਕੇ ਹੁਣ ਆਮ ਆਦਮੀ ਪਾਰਟੀ ਨਿਸ਼ਾਨਾ ਸਾਧ ਰਹੀ ਹੈ ਤੇ ਕਹਿ ਰਹੀ ਹੈ ਕਿ ਸਾਨੂੰ ਰੋਕਣ ਦੇ ਲਈ ਬੀਜੇਪੀ ਨੇ ਜੋ ਵੋਟ ਨੇ ਆਪਣੇ ਟ੍ਰਾਂਸਫਰ ਕੀਤੇ ਨੇ। ਤੋ ਉਧਰ ਆਮ ਆਦਮੀ ਪਾਰਟੀ ਦੇ ਇਲਜ਼ਾਮਾਂ ਤੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਕੀ ਪ੍ਰਤੀਕਰਮ ਆ ਰਹੇ ਨੇ ਇਹ ਵੀ ਸੁਣ ਲੈਂਦੇ ਹਾਂ। ਜਿਹੜਾ ਬਿਆਨ ਹੈ ਉਹ ਆਪਣੇ ਮਨ ਦੀ ਕਲਪਨਾ ਦੇ ਨਾਲ ਦਿੱਤਾ ਹੈ, ਨਾਲ ਦਿਲ ਨਾਲ ਬਲਾਉਣ ਲਈ ਇਹ ਗਾਲਬ ਜੇ ਖਿਆਲ ਅੱਛਾ ਹੈ। ਅਗਰ ਕਾਂਗਰਸ ਨੇ ਫਤਿਹ ਹਾਸਲ ਕੀਤੀ ਹੈ ਤੇ ਉਹ ਕਹਿੰਦੇ ਕਿ ਬੀਜੇਪੀ ਨੇ ਉਹਦਾ ਸਾਥ ਦਿੱਤਾ, ਭਾਈ ਹੁਣ ਐਤਕੀ ਤੁਸੀਂ ਵੀ ਦੇ ਦਿਓ, ਤੁਹਾਡਾ ਵੀ ਧੰਨਵਾਦ ਹੈ। ਕਿਉਂਕਿ ਲੋਕ ਜੇ ਬੀਜੇਪੀ ਨੇ ਜੇ ਲੋਕਾਂ ਨੇ ਕਾਂਗਰਸ ਨੂੰ ਪਸੰਦ ਕੀਤਾ ਤੇ ਅਕਾਲੀ ਦਲ ਦੇ ਲੋਕਾਂ ਨੂੰ ਵੀ ਕਾਂਗਰਸ ਨੂੰ ਪਸੰਦ ਕਰਨਾ ਚਾਹੀਦਾ ਤੇ 2022 ਦੇ ਵਿੱਚ ਵੀ ਸਭ ਲੋਕਾਂ ਨੂੰ ਮਿਲ ਕੇ ਕਾਂਗਰਸ ਦਾ ਸਾਥ ਦੇਣਾ ਚਾਹੀਦਾ। ਉਸ ਵੇਲੇ ਬੀਜੇਪੀ ਦਾ ਕੁਛ ਰੋਲ ਤਾਂ ਰਿਹਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਬਾਅਦ ਦੇ ਵਿੱਚ ਇਹ ਗੱਲ ਸਾਹਮਣੇ ਵੀ ਆਈ ਸੀ ਕਿਉਂਕਿ ਪੰਜਾਬ ਦੇ ਵਿੱਚ ਉਸ ਵੇਲੇ ਜਿਹੜਾ ਆਪਦਾ ਆਭਾਰ ਉਹਨਾਂ ਨੂੰ ਲੱਗ ਰਿਹਾ ਸੀ ਕਿ ਇਹ ਇਸ ਤੋਂ ਬਾਅਦ ਗੁਜਰਾਤ ਨੂੰ ਇਫੈਕਟ ਨਾ ਕਰੇ, ਇਹ ਉਹਨਾਂ ਦਾ ਜੋ ਬਾਅਦ ਦੇ ਵਿੱਚ ਜਿਸ ਲੈਵਲ 'ਤੇ ਵੀ ਸਾਡੀ ਗੱਲ ਹੁੰਦੀ ਰਹੀ ਕਿਉਂਕਿ ਇਹ ਗੱਲ ਕਲੀਅਰ ਹੋ ਗਈ ਸੀ ਕਿ ਲਾਸਟ ਦੋ ਦਿਨਾਂ ਦੇ ਵਿੱਚ ਉਹਨਾਂ ਦੀ ਵੋਟ ਸ਼ਿਫਟ ਹੋਈ ਹੈ ਕਾਂਗਰਸ ਵਾਲੇ ਪਾਸੇ। ਪ੍ਰਸ਼ਨ ਉੱਠਦਾ ਹੈ ਕਿ ਜੇ ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਨੂੰ ਵੋਟ ਪਾਈ ਆਪ ਨੂੰ ਰੋਕਣ 'ਚ, ਭਾਰਤੀ ਜਨਤਾ ਪਾਰਟੀ ਨੂੰ ਕੀ ਫਾਇਦਾ ਹੈ? ਸਵਾਲ ਇਹ ਹੈ ਜੋ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ, ਮੇਰਾ ਖਿਆਲ ਹੈ ਕਿ ਸੂਝਵਾਨ ਵਿਅਕਤੀ ਅਮਰੀਸ਼ ਕੁਮਾਰ ਜੀ ਉਹਨਾਂ ਨੂੰ ਇਸ ਤਰ੍ਹਾਂ ਵੀ ਸਟੇਟਮੈਂਟ ਨਹੀਂ ਦੇਣੀ ਚਾਹੀਦੀ ਕਿ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਬਹੁਤ ਹੋ ਗਿਆ, ਸੋ ਛੀਟਾਕਸ਼ੀ ਕਰਨਾ ਠੀਕ ਨਹੀਂ ਹੁੰਦਾ। ਇਹਦੇ ਜੋ ਅਫਸਾਨਾ ਅੰਜਾਮ ਤੱਕ ਲਾਉਣਾ ਨਾ ਹੋ ਮੁਮਕਿਨ, ਉਸੇ ਕੋਈ ਖੂਬਸੂਰਤ ਮੋੜ ਦੇਗਾ ਛੋੜਨਾ ਅੱਜ ਛੱਡ ਦਿੱਤਾ ਤਾਂ ਫਿਰ ਆਪਾਂ ਉਸਦੇ ਬਾਰੇ ਛੀਟਾਕਸ਼ੀ ਕਰਨਾ ਬਣਦਾ। ਸਾਡੇ ਵੀ ਇਹ ਧਿਆਨ 'ਚ ਆਈਆਂ ਉਦੋਂ ਉਸ ਸਮੇਂ, ਅਤੇ ਇਹਦੇ 'ਚ ਕਿੰਨਾ ਤੱਥ ਹੈ ਨਹੀਂ ਹੈ ਉਹ ਤਾਂ ਕਹਿਣਾ ਮੁਸ਼ਕਿਲ ਹੈ, ਬਟ ਇਹ ਗੱਲ ਜ਼ਰੂਰ ਸੀਗੀ ਵੀ ਆਖਰੀ ਮੂਮੈਂਟ 'ਤੇ ਵੀ ਆਮ ਆਦਮੀ ਨੂੰ ਰੋਕਣ ਲਈ ਵੀ ਆਰ ਐੱਸ ਐੱਸ ਨੇ ਆਪਦੀ ਸਾਰੀ ਜੋ ਕਾਡਰ ਦੀ ਵੋਟ ਸੀ ਉਹ ਕਾਂਗਰਸ ਨੂੰ ਪਵਾਈ ਵੀ ਇਦੋਂ ਦਾ ਕਾਂਗਰਸ ਅੱਜ ਤਾਂ ਬਿਹਤਰ ਹੈ। ਇਹ ਇਹ ਕਿਤੇ ਨਾ ਕਿਤੇ ਮੈਂ ਸਮਝਦਾ ਕਿਉਂਕਿ ਕੋਈ ਨਾ ਕਿਤੇ ਇਸ ਗੱਲ 'ਚ ਸੱਚਾਈ